भार्गव कैंप की पुलिस ने अलग अलग स्थानों पर नाकाबंदी के दौरान दो युवकों को नशीले पाउडर सहित गिरफ्तार किया है। थाना प्रभारी बरजिंदर सिंह ने बताया कि नाके के दौरान दो युवकों को शक के आधार पर देखा गया। जब उनकी तलाशी ली गई तो एक आरोपी अश्विनी के पास से 105 ग्राम नशीला पाउडर व दूसरे आरोपी करणप्रीत सिंह के पास से 120 ग्राम नशीला पाउडर बरामद हुआ है। पुलिस ने दोनों आरोपियों पर NDPS एक्ट का मामला दर्ज कर लिया है। पेश है कैमरामैन पंकज की विशेष रिपोर्ट। ਸਾਡੇ ਕਮਿਸ਼ਨ ਸਾਹਿਬ ਦੀ ਸਹਾਇਤਾ ਅਨੁਸਾਰ ਨਸ਼ਿਆਂ ਦੀ ਇਨਵੈਂਟਰੀ ਕੀਤੀ ਗਈ ਹੈ। ਜੋ ਕੱਲ੍ਹ ASC ਕਮਲ ਸਿੰਘ ਨੇ SP ਬਰੈਂਚ ਸਕੂਲ ਨੂੰ ਨਾਕਾ ਲਗਾਇਆ ਸੀ ਅਤੇ ਨਾਕੇ ਦੌਰਾਨ ਇੱਕ ਵਿਅਕਤੀ ਅਸ਼ਰੀ ਸਾਨੂੰ ਅਮਰਨਾਥ ਵਾਸੀ ਬਟਾਲਾ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਉਹਦੇ ਕੋਲ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਅਤੇ ਅਗਲੀ ਕਾਰਵਾਈ ਲਈ ਜਾ ਰਹੀ ਹੈ। ਇਸੇ ਤਰ੍ਹਾਂ ਹੀ ਇਸੇ ਮਿਹਨਤ ਤਹਿਤ ASC ਭੂਸ਼ਣ ਨੇ ਨਾਕਾ ਲਗਾਇਆ ਸੀ ਦਿਓਲਰ ਮੋੜ 'ਤੇ, ਤਾਂ ਇੱਕ ਧਰਮਪ੍ਰੀਤ ਸਿੰਘ ਇਸ ਲੱਕੀ ਪੁੱਤਰ ਗੁਰਚਰਨ ਸਿੰਘ ਦਿਓਲਰ ਦੇ ਨਾਲ ਇਹਦੇ ਕੋਲ ਵੀ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜੋ ਅਸੀਂ ਪਰਚਾ ਦਰਜ ਕਰ ਲਿਆ, ਅਗਲੀ ਕਾਰਵਾਈ ਲਈ ਜਾ ਰਹੀ ਹੈ।